लोकसभा चुनाव में उम्मीदवार खुद का प्रचार करने के लिए हर प्रकार के दावपेच खेलने में जुटे हुए हैं। सांसद रमनीत सिंह बिट्टू भी खुद के प्रचार के लिए सुबह और दोपहर के समय पार्क व चौपाल पर बैठने वाले लोगों तक पहुंच कर रहे हैं। बिट्टू सुबह ही किसी न किसी पार्क में पहुंच जाते हैं और वहां सैर करने वाले लोगों के साथ बैठके करते हैं। इसके अलावा दोपहर को गांव में बनी चौपाल पर पहुंचकर कांग्रेस की जनहित नीतियों के बारे में प्रचार कर रहे हैं। देखो दिन दे टाइम दे विच पिंडां च प्रोग्राम तकरीबन अज 14 प्रोग्राम कीते ते अज हुण 3 प्रोग्राम वड्डियां रैलियां जिहड़ियां 3 वार्ड जिहड़ियां ਉਹ ਪਾਂਡੇ ਸਾਹਿਬ ਦੇ ਏਰੀਏ 'ਚ ਨੇ ਅਤੇ ਵੱਡਾ ਹੁੰਗਾਰਾ ਜਿਹੜਾ ਸ਼ਹਿਰ ਅਤੇ ਦਿਹਾਤ 'ਚ ਮਿਲ ਰਿਹਾ। ਤੁਸੀਂ ਦੇਖੋਗੇ ਹੋਰ 10 ਦਿਨ ਦੇ ਅੰਦਰ ਅੰਦਰ ਟੋਟਲ ਜਿਹੜੀ ਇੱਕ ਪਾਸੇ ਆ ਜਿਹੜੀ ਉਹ 10 ਦਿਨ ਦੇ ਅੰਦਰ ਅੰਦਰ ਮਾਹੌਲ ਜਿਹੜਾ ਹੈ ਕਾਂਗਰਸ ਦੇ ਹੱਕ 'ਚ ਲੁਧਿਆਣੇ 'ਚ ਅਤੇ ਪੰਜਾਬ 'ਚ ਬਣੇਗਾ। ਸਾਡਾ ਪਿੰਡ ਜੀ ਰਵਨੀਤ ਸਿੰਘ ਬਿੱਟੂ ਦੇ ਹੱਕ ਦੇ ਵਿੱਚ ਵੱਧ ਤੋਂ ਵੱਧ ਭੁਗਤਾਵਾਂਗੇ। ਅਸੀਂ ਨਰੋਲ ਪੰਚਾਇਤ ਕਾਂਗਰਸ ਦੀ ਬਣੀ ਹੋਈ ਹੈ ਪਹਿਲਾਂ, ਬਹੁਤ ਵਧੀਆ ਹੁੰਗਾਰਾ। ਬਿੱਟੂ ਜੀ ਆ ਸਾਡੇ ਪਿੰਡ ਜਸਪਾਲ ਮੰਗਰ ਪਹੁੰਚੇ ਨੇ, ਬੜਾ ਭਾਰਾ ਵਧੀਆ ਹੁੰਗਾਰਾ। ਪਹਿਲਾਂ ਅਸੀਂ ਸੰਗਵਾਲ ਤੋਂ ਆਏ, ਸੰਗਵਾਲ ਵੀ ਵਾਹਵਾ ਘੱਟ ਸੀ, ਅੱਜ ਜਸਪਾਲ ਮੰਗਰ ਦੇ ਵਿੱਚ ਤਕਰੀਬਨ ਜੇ ਮੈਂ ਘੱਟ ਤੋਂ ਘੱਟ ਕਹਾਂ ਤਾਂ 500-700 ਬੰਦਾ ਘੱਟ ਸੀ। ਬੀਬੀਆਂ ਵੀ ਬੜੇ ਉਤਸ਼ਾਹ ਨਾਲ ਪਹੁੰਚੀਆਂ ਸੀ, ਸਾਰਾ ਨਗਰ, ਸਾਰੀ ਪੰਚਾਇਤ, ਸਾਰਾ ਪਿੰਡ ਦੇ ਸਾਡੇ ਸਰਪੰਚ ਮੋਹਤਬਰ ਜਨ ਸੱਜਣ ਇੱਥੇ ਹਾਜ਼ਰ ਸੀ। ਬਾਕੀ ਬਿੱਟੂ ਜੀ ਨੇ ਅਸੀਂ ਭਰੋਸਾ ਦਵਾਇਆ ਵੀ ਇੱਥੋਂ ਕਾਂਗਰਸ ਨੂੰ ਜਿਤਾ ਕੇ ਭੇਜਾਂਗੇ। ਅੱਗੇ ਵੀ ਬੈਸ ਸਾਡੇ ਪਿੰਡ ਤੋਂ ਜਿੱਤੇ ਸੀ, ਐਕੀ ਬਿੱਟੂ ਜੀ ਵੀ ਸਾਡੇ ਪਿੰਡ 'ਚੋਂ ਜਿੱਤਣਗੇ, ਅਸੀਂ ਇਹਨਾਂ ਨੂੰ ਭਰੋਸਾ ਦਵਾਇਆ। ਜਿਹੜੇ ਪਿੰਡ ਕੰਮ ਪੈਂਦੇ ਤਾਂ ਕੋਈ ਬਣ ਜਾਏ, ਇੱਕ ਸੜਕ ਦਾ ਉਹ ਚਲੋ ਇਲੈਕਸ਼ਨ ਕੋਡ ਆਫ ਕਲੈਕਸ਼ਨ ਲੱਗਿਆ ਇਹਦੇ ਕਰਕੇ ਲੇਟ ਹੋ ਗਿਆ, ਉਸ ਤੋਂ ਬਾਅਦ ਜਿੰਨਾ ਕਰਾ ਦੇਣਾ। ਬਾਕੀ ਕਹਿ ਗਏ ਨੇ ਵੀ ਤੁਹਾਡੇ ਪਿੰਡ ਨੂੰ ਐਮ ਵਧੇ 1 ਕਰੋੜ ਰੁਪਈਆ ਅਸੀਂ ਦੇਵਾਂਗੇ। ਬਾਕੀ 10-12 ਲੱਖ ਸਾਡੇ ਪਹਿਲਾਂ ਵੀ ਸਰਪੰਚ ਦੇ ਅਕਾਊਂਟ ਦੇ ਵਿੱਚ ਪਿਆ ਪੰਚਾਇਤ ਦੇ, ਬਹੁਤ ਵਧੀਆ ਕੰਮ ਹੋ ਰਹੇ ਨੇ। ਅਸੀਂ ਬਿੱਟੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇੰਨਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੋਕ ਸਭਾ ਨੂੰ ਚੁਣਾਉ ਨੂੰ ਲੈਂਦੇ ਹੋਏ ਸਾਡੇ ਪਿੰਡ 'ਚ ਰਿਸਪੋਂਸ ਬਹੁਤ ਵਧੀਆ ਮਿਲੂਗਾ। ਜਿੰਨਾ ਜੂਸਾ ਪਿੰਡ ਦਾ ਉਹ ਸਾਰਾ ਕਾਂਗਰਸ ਦੇ ਨਾਲ ਆ। ਪਹਿਲੇ ਹਲਕਿਆਂ ਵਿੱਚ ਵੋਟਾਂ ਵਿੱਚ ਥੋੜ੍ਹੀ ਜਿਹੀ ਕਸਰ ਰਹਿ ਗਈ ਸੀ, ਪਰ ਇਸ ਵਾਰ ਪੂਰੀ ਕਸਰ ਕੱਢਾਂਗੇ। ਹਾਂਜੀ ਹਾਂਜੀ ਹਾਂਜੀ, ਇਸ ਵਾਰ ਵੀ ਸਾਡੇ ਪਿੰਡ 'ਚ ਪੰਚਾਇਤ ਅਕਾਲੀ ਦਲ ਦੀ ਬਣੀ, ਪਰ ਗ੍ਰਾਂਟਾਂ ਦੀ ਕੋਈ ਥੋੜ੍ਹ ਨਹੀਂ ਦਿੱਤੀ ਗਈ, ਫਿਰ ਵੀ 5 ਲੱਖ ਰੁਪਈਆ ਪਿੰਡ ਨੂੰ ਗ੍ਰਾਂਟ ਆਈ। ਅਤੇ ਅਸੀਂ ਅੱਗੇ ਵੀ ਹੁਣ ਜਿਵੇਂ ਕਿ ਬਿੱਟੂ ਸਾਹਿਬ ਨੇ ਕਿਹਾ ਕਿ 1 ਕਰੋੜ ਰੁਪਈਆ ਦੇ ਕੇ ਜਾਣਗੇ, ਜੇ ਅਸੀਂ ਪੂਰਾ ਜ਼ੋਰ ਨਾਲ ਤਨ ਨਾਲ ਮਨ ਨਾਲ ਧਨ ਨਾਲ ਆਪਣੇ ਕੰਪੇਨ ਕਰਾਂਗੇ, ਵੋਟਾਂ ਪਵਾਵਾਂਗੇ, ਤਾਂ ਸਾਨੂੰ ਜ਼ਰੂਰ ਉਹ ਸਾਥ ਦੇਣਗੇ।